मैं औरत हूं, आप मेरे को थोड़ी ना हाथ लगा सकते हो। ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਵਿੱਚ ਹਰ ਰੋਜ਼ ਕੋਈ ਨਾ ਕੋਈ ਨਵਾਂ ਵਾਦ ਵਿਵਾਦ ਦਿਖਾਈ ਦੇ ਜਾਂਦਾ ਹੈ ਤੇ ਇਸ ਟਾਈਮ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ ਜੋ ਕਿ ਹੈ ਮਸ਼ਹੂਰ ਗਾਇਕਾ ਸਿਮਰਨ ਕੌਰ ਢਾਡਲੀ ਦੀ। ਦੱਸਦੀ ਹੈ ਸਿਮਰਨ ਕੌਰ ਢਾਡਲੀ ਜੋ ਕਿ ਹਮੇਸ਼ਾ ਹੀ ਬਾਕੀ ਗਾਇਕਾਂ ਨਾਲੋਂ ਵੱਖ ਗਾਉਂਦੀ ਹੈ। ਪਿਛਲੇ ਸਮੇਂ 'ਚ ਰਿਲੀਜ਼ ਹੋਇਆ ਉਸਦਾ ਗੀਤ ਲਹੂ ਦੀ ਆਵਾਜ਼ ਬਹੁਤ ਜ਼ਿਆਦਾ ਚਰਚਾ ਦੇ ਵਿੱਚ ਰਿਹਾ, ਜਿਸ ਵਿੱਚ ਕਿ ਉਸਨੇ ਫੇਕ ਫੈਮਿਨਿਜ਼ਮ ਦੇ ਉੱਤੇ ਆਵਾਜ਼ ਚੁੱਕੀ ਸੀ, ਜਿਸ ਕਰਕੇ ਉਸਨੂੰ ਕਾਫੀ ਜ਼ਿਆਦਾ ਵਿਵਾਦਾਂ ਦਾ ਸਾਹਮਣਾ ਵੀ ਕਰਨਾ ਪਿਆ। ਅਤੇ ਹੁਣ ਇੱਕ ਵਾਰ ਫਿਰ ਸੋਸ਼ਲ ਮੀਡੀਆ ਉੱਤੇ ਸਿਮਰਨ ਕੌਰ ਢਾਡਲੀ ਦੀ ਇੱਕ ਵੀਡੀਓ ਬਹੁਤ ਜ਼ਿਆਦਾ ਵਾਇਰਲ ਹੋ ਰਹੀ ਹੈ, ਜਿਸ ਵਿੱਚ ਕਿ ਉਹ ਫੈਮਿਨਿਜ਼ਮ ਦੇ ਨਾਮ ਦੇ ਉੱਤੇ ਵਿਵਾਦ ਖੜੇ ਕਰਨ ਵਾਲੀ ਔਰਤਾਂ ਦੇ ਬਾਰੇ ਬੋਲਦੀ ਹੋਈ ਨਜ਼ਰ ਆ ਰਹੀ ਹੈ। ਕੀ ਕਹਿ ਰਹੀ ਹੈ ਸਿਮਰਨ ਕੌਰ ਢਾਡਲੀ ਉਸ ਵੀਡੀਓ ਦੇ ਵਿੱਚ, ਆਓ ਦੇਖਦੇ ਹਾਂ। ਕੱਲ ਆਪਾਂ ਬਹੁਤ ਵੀਡੀਓਜ਼ ਦੇਖ ਰਹੇ ਹਾਂ ਜਿਹਦੇ ਵਿੱਚ ਜਨਾਨੀਆਂ, ਕੋਈ ਨਾ ਕੋਈ ਜਨਾਨੀ ਕਿਸੇ ਨਾ ਕਿਸੇ ਬੰਦੇ ਨੂੰ ਕੁੱਟ ਰਹੀ ਹੁੰਦੀ ਹੈ, ਕਿਸੇ ਕੈਬ ਡਰਾਈਵਰ ਵਾਲੇ ਨੂੰ ਕੁੱਟ ਰਹੀ ਹੁੰਦੀ ਹੈ, ਨਜਾਇਜ਼ ਕਿਸੇ ਗਰੀਬ ਬੰਦੇ ਨੂੰ ਕੁੱਟ ਰਹੀ ਹੁੰਦੀ ਹੈ, ਕਿਸੇ ਗਰੀਬ ਬੰਦੇ ਦੀ ਰੇਹੜੀ 'ਤੇ ਲੱਤ ਮਾਰ ਰਹੀ ਹੁੰਦੀ ਹੈ। ਹਟ ਜੋ, ਇਹ ਚੀਜ਼ਾਂ ਨਾ ਕਰਿਆ ਕਰੋ। ਜਿਹੜਾ ਦਿਮਾਗ 'ਤੇ ਤੁਹਾਡੇ ਫਤੂਰ ਜਾਂ ਬੁਖਾਰ ਚੜਿਆ ਹੋਇਆ ਹੈ ਕਿਸੇ ਚੀਜ਼ ਦਾ, ਤਾਰ ਦਿਉ ਉਹਨੂੰ ਕਿ ਤੁਸੀਂ ਜਨਾਨੀ ਹੋ ਤਾਂ ਕੁਛ ਵੀ ਕਰ ਸਕਦੇ ਹੋ, ਰਹਿਣ ਦਿਉ, ਨਾ ਕਰਿਆ ਕਰੋ। ਕਿਉਂਕਿ ਅੱਜ ਤਾਂ ਫਿਰ ਵੀ ਇਹ ਦਿਨ ਹੈਗਾ ਕਿ ਲੋਕ ਕਹਿ ਦਿੰਦੇ ਨੇ ਕਿ ਚਲੋ ਭਾਈ ਸਾਹਿਬ ਔਰਤ ਹੈ, ਨਿਕਲ ਜਾਣੇ ਦਿਉ। ਉਹ ਟਾਈਮ ਦੂਰ ਨਹੀਂ ਹੈਗਾ ਫਿਰ ਜਦੋਂ ਲੋਕ ਕਿਹਾ ਕਰਨਗੇ ਕਿ ਔਰਤ ਹੈ, ਲੋਕ ਕਿਹਾ ਕਰਨਗੇ ਵੀ ਔਰਤ ਹੈ, ਜਾਣ ਨਹੀਂ ਦੇਣੀ। ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਹੈ। ਬਹੁਤ ਵੀਡੀਓਜ਼ ਦੇਖ ਰਹੀ ਹਾਂ ਮੈਂ, ਰੋਜ਼ ਬਹੁਤ ਸਾਰੀਆਂ ਵੀਡੀਓਜ਼ ਦੇਖ ਰਹੀ ਹਾਂ। ਬੇੜਾ ਗਰਕ ਹੋ ਚੁੱਕਿਆ ਹੁਣ, ਮੈਂ ਇੱਥੇ ਉਹ ਵਰਡ ਨਹੀਂ ਕਹਿਣਾ ਚਾਹੁੰਦੀ ਵੀ ਇਹ ਕੁਛ ਕੁ ਜਨਾਨੀਆਂ ਨੇ ਜਿਹੜੀਆਂ ਉਹ ਪਰਟੀਕੁਲਰ ਚੀਜ਼ ਦੇ ਹੋਕੇ ਲਾਉਂਦੀਆਂ ਫਿਰਦੀਆਂ, ਇਹਨਾਂ ਨੇ ਸਾਰੀਆਂ ਜਨਾਨੀਆਂ ਦਾ ਦਿਮਾਗ ਖਰਾਬ ਕਰਤਾ ਕਿ ਤੁਸੀਂ ਪਤਾ ਨਹੀਂ ਕੀ ਚੀਜ਼ ਹੋ, ਤੁਸੀਂ ਕਿਸੇ ਦੇ ਵੀ ਜਾ ਕੇ ਥੱਪੜ ਮਾਰ ਸਕਦੇ ਹੋ, ਫਿਰ ਤੁਸੀਂ ਕਹਿ ਸਕਦੇ ਹੋ ਉਹ ਮੈਂ ਔਰਤ ਹੂੰ, ਆਪ ਮੇਰੇ ਕੋਲ ਥੋੜ੍ਹੀ ਨਾ ਹੱਥ ਲਗਾ ਸਕਦੇ ਹੋ। ਨਾ ਕਰਿਆ ਕਰੋ, ਇਹ ਬਹੁਤ ਗਲਤ ਚੀਜ਼ ਹੋ ਰਹੀ ਹੈ। ਤੁਹਾਡੇ ਵਰਗੀਆਂ ਕਰਕੇ ਚੰਗੀਆਂ ਕੁੜੀਆਂ ਬਹੁਤ ਸਫ਼ਰ ਕਰਦੀਆਂ ਨੇ, ਬਹੁਤ ਜ਼ਿਆਦਾ ਸਫ਼ਰ ਕਰਦੀਆਂ ਨੇ, ਕਿਉਂਕਿ ਤੁਹਾਡੇ ਵਰਗੀਆਂ ਕਰਕੇ ਫਿਰ ਉਹਨਾਂ ਨੂੰ ਵੀ ਲੋਕ ਉਸੇ ਅੱਖ ਨਾਲ ਦੇਖਦੇ ਨੇ। ਇਹ ਬਹੁਤ ਗਲਤ ਚੀਜ਼ ਹੈ, ਨਾ ਕਰਿਆ ਕਰੋ। ਸੋ ਹੁਣ ਇਸ ਵੀਡੀਓ ਨੂੰ ਦੇਖ ਕੇ ਤੁਹਾਡਾ ਕੀ ਕਹਿਣਾ ਸਿਮਰਨ ਕੌਰ ਢਾਡਲੀ ਦੇ ਇਸ ਬਿਆਨ ਬਾਰੇ? ਵੀਡੀਓ ਥੱਲੇ ਕਮੈਂਟ ਕਰਕੇ ਜ਼ਰੂਰ ਦੱਸਿਓ। ਅਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਹੋਰ ਨਵੇਂ ਅਪਡੇਟਸ ਜਾਣਨ ਲਈ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਤੇ ਬੈਲ ਆਈਕਨ ਤੇ ਵੀ ਕਲਿੱਕ ਕਰ ਲਓ। ਮਿਹਨਤ ਮੇਰੀ, ਰਹਿਮਤ ਖੁਦਾ ਦੀ। ਮੁਸਲਮਾਨੀ, ਰੂਹਾਨੀ ਅਤੇ ਕਾਲੇ ਇਲਮ ਦੇ ਮਾਹਿਰ ਮੌਲਾਨਾ ਅਬਦੁਲ ਜੀ, 7967-96275। ਚਮਤਕਾਰ ਹੁੰਦੇ ਦੇਖੋ ਆਪਣੀਆਂ ਅੱਖਾਂ ਸਾਹਮਣੇ, 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ। ਪਤੀ ਪਤਨੀ 'ਚ ਝਗੜਾ, ਸੌਤਨ ਦੁਸ਼ਮਣ ਤੋਂ ਛੁਟਕਾਰਾ, ਤਲਾਕ ਕੇਸ, ਵਿਦੇਸ਼ 'ਚ ਪੱਕਾ ਹੋਣਾ, ਜਾਦੂ ਟੂਣੇ ਤੇ ਕੀਤਾ ਕਿਰਾਇਆ ਦਾ ਖਾਤਮਾ, ਗੁਪਤ ਵਸ਼ੀਕਰਨ ਕਰਾਓ, ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਸ਼ 'ਚ ਕਰੋ, ਲਾਟਰੀ ਨੰਬਰ ਪਾਓ ਭਾਵੇਂ 649 ਹੋਵੇ ਜਾਂ ਲੁੱਟੋ ਮੈਕਸ, ਪਿਆਰ 'ਚ ਧੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ, ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ। ਸੰਪਰਕ ਕਰੋ 7967-96275। ਬਿਊਰੋ ਰਿਪੋਰਟ, ਚੈਨਲ 7 ਰੰਗ। ਫੋਰ ਮੋਰ ਅਪਡੇਟਸ ਸਬਸਕ੍ਰਾਈਬ ਚੈਨਲ 7 ਰੰਗ।